ਹੈਲੋ ਬਈ, ਕੀ ਹਾਲ ਆ ਬਈ? ਸਾਰੇ ਦੋਸਤ ਠੀਕ ਠਾਕ ਹੋ? ਜਮਾ ਓਕੇ ਰਿਪੋਰਟ ਹੈ ਤੇ ਅੱਜ ਮੈਂ ਤੁਹਾਨੂੰ ਨੌਲੇਜ ਦਊਂਗਾ ਬਈ 4-wheel ਡਰਾਈਵ ਮਹਿੰਦਰਾ ਅਰਜਨ ਅਲਟਰਾ 605 DIMS 605 ਮਹਿੰਦਰਾ ਅਰਜਨ ਬਹੁਤ ਮਸ਼ਹੂਰ ਆ, ਇਹਨੂੰ ਟਰੋਲੀ ਕਿੰਗ ਮੰਨਦੇ ਨੇ ਤੇ ਆਪਣੇ ਵੀਰਾਂ ਕੋਲ ਜ਼ਿਆਦਾਤਰ ਹੈਗੇ ਨੇ 2-wheel 'ਚ, ਠੀਕ ਹੈ। ਹੁਣ ਇਹ 4-wheel 'ਚ ਆ ਗਿਆ ਅਤੇ ਇਹ 4-wheel ਦੀਆਂ ਕੁਆਲਿਟੀਆਂ ਦੱਸਦੇ ਹਾਂ ਤੁਹਾਨੂੰ, ਕੀ ਗੱਲਬਾਤ ਆ, ਕਿੰਨਾ ਕੁ ਪ੍ਰਾਈਸ ਆ ਅਤੇ ਵੀਰ ਦਾ ਹਲਾਂ ਦੇ ਉੱਤੇ ਟਰੈਕਟਰ ਲਾਇਆ ਹੋਇਆ ਇਹ ਹਲਾਂ ਨਾਲ ਜੋੜਿਆ ਹੋਇਆ ਅਤੇ ਹਲਾਂ ਨਾਲ ਵੀ ਆਪਾਂ ਟੈਸਟ ਹੀ ਕਰਾਂਗੇ ਅਤੇ 3 ਗੱਟੇ ਰੱਖੇ ਹੋਏ ਨੇ, 1, 2, 3 3 ਗੱਟੇ ਰੱਖੇ ਹੋਏ ਨੇ ਉੱਤੇ ਅਤੇ ਮਹਿੰਦਰਾ ਅਰਜਨ 605 ਜਿਹੜਾ ਟਰੈਕਟਰ ਹੈ ਇਹ 2-wheel 'ਚ ਹੀ ਆ ਹਰੇਕ ਕੋਲ, ਠੀਕ ਹੈ। 4-wheel 'ਚ ਬਹੁਤ ਘੱਟ ਨੇ, ਠੀਕ ਹੈ। ਅਤੇ ਇੱਕ ਮੇਰੇ ਤੋਂ ਵੀਡੀਓ ਦਾ ਥੋੜ੍ਹਾ ਜਿਹਾ ਗੈਪ ਪੈ ਰਿਹਾ, ਲੰਮੇ ਟਾਈਮ ਬਾਅਦ ਥੋੜ੍ਹੀਆਂ ਜਿਹੀਆਂ ਵੀਡੀਓ ਆਉਂਦੀਆਂ ਨੇ, ਹੁਣ ਆਪਾਂ ਲਗਾਤਾਰ ਪਾਇਆ ਕਰਾਂਗੇ, ਠੀਕ ਹੈ। ਅਤੇ ਮੇਰੀ ਸਟੱਡੀ ਚੱਲਦੀ ਕਰਕੇ ਯੂਨੀਵਰਸਿਟੀ 'ਚ ਮੈਨੂੰ ਟਾਈਮ ਥੋੜ੍ਹਾ ਜਿਹਾ ਘੱਟ ਮਿਲਦਾ, ਨਾਲ ਨਾਲ ਮੈਂ ਸਟੱਡੀ ਵੀ ਕਰੀ ਜਾਂਦਾ ਅਤੇ ਤਾਂ ਕਰਕੇ ਚਲੋ ਹੁਣ ਸਟੱਡੀ ਤੋਂ ਆਪਾਂ ਥੋੜ੍ਹੇ ਜਿਹੇ ਐਂ ਰੈਲੇ ਜਿਹੇ ਹੋ ਜਾਵਾਂਗੇ, ਸਟੱਡੀ ਹੌਲੀ ਹੌਲੀ ਨਾਲ ਨਾਲ ਆਪਾਂ ਹੁਣ ਕਰੀ ਜਾਵਾਂਗੇ ਅਤੇ ਆਪਾਂ ਵੀਡੀਓ ਦਾ ਵੀ ਜ਼ਿਆਦਾ ਧਿਆਨ ਰੱਖਾਂਗੇ। ਆ ਜਾ, ਵਧਾਈਆਂ ਵੀ ਤੈਨੂੰ ਨਵੇਂ ਟਰੈਕਟਰ ਦੀਆਂ, ਸੈੱਟ ਹੋ ਜਾਵਾਂ। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਤੇ ਦਿੰਦਾ ਨਜ਼ਾਰੇ? ਹਾਂ ਬਾਈ, ਪੂਰੇ 605 DIMS 4-wheel ਡਰਾਈਵ। ਹਾਂ ਹਾਂ ਬਾਈ, ਪੂਰੇ ਨਜ਼ਾਰੇ ਦਿੰਦੇ। ਠੀਕ ਹੈ, ਦੱਸੀਏ ਫਿਰ, ਦਈਏ ਨੌਲੇਜ। ਹਾਂ ਹਾਂ ਬਾਈ, ਲਓ ਵੀ ਦੋਸਤੋ ਇੱਕ ਵਾਰੀ ਇਹਨੂੰ ਮੂਹਰੋਂ ਦੇਖ ਲਓ ਟਰੈਕਟਰ ਨੂੰ। ਅਤੇ ਹਾਂ ਬਾਈ, ਇੰਦਰ, ਪਹਿਲਾਂ ਮੈਂ ਤੇਰਾ ਨਾਂ ਕਰਨ ਬੋਲ ਗਿਆ ਸੀਗਾ ਅਤੇ ਇੰਦਰਾ ਬਾਈ ਮੁੰਡੇ ਦਾ ਨਾਂ, ਠੀਕ ਹੈ, ਮੈਂ ਭੁਲੇਖੇ ਨਾਲ ਬੋਲ ਗਿਆ ਸੀ ਨਾਮ, ਅਤੇ ਨਾਮ ਤੇਰਾ ਪੱਕਾ ਨਾਂ ਦੱਸ ਦੇ ਕੀ ਆ? ਪੱਕਾ ਨਾਂ ਬਾਈ ਆਪਣਾ ਰਵਿੰਦਰ ਸਿੰਘ ਆ, ਪਿੰਡ ਆਪਣਾ ਕਲਿਆਣ। ਰਵਿੰਦਰ ਸਿੰਘ ਸਿੱਧੂ? ਹਾਂ, ਪਿੰਡ ਕਲਿਆਣ ਸੁੱਖਾ, ਪਿੰਡ ਕਲਿਆਣ ਸੁੱਖਾ, ਜ਼ਿਲ੍ਹਾ ਬਠਿੰਡਾ, ਪੰਜਾਬ। ਹਾਂ ਬਾਈ, ਠੀਕ ਹੈ। ਅਤੇ ਰਵਿੰਦਰ ਮੈਨੂੰ ਐਂ ਦੱਸ, ਪਹਿਲਾਂ ਕਿਹੜੇ ਕਿਹੜੇ ਟਰੈਕਟਰ ਨੇ ਤੁਹਾਡੇ ਕੋਲ? ਪਹਿਲਾਂ ਬਾਈ ਇੱਕ ਅਰਜਨ CRDI 655, ਹਾਂ, ਅਤੇ ਇੱਕ 605 ਇਹਦੇ ਨਾਲ ਦਾ ਸਿੰਪਲ, ਠੀਕ ਹੈ। ਉਹ ਸਿੰਪਲ 605 ਵੀ ਹੈਗਾ ਜਾਂ 4-wheel ਵੀ ਹੈਗਾ, ਹੈ ਨਾ? ਹਾਂ, ਠੀਕ ਹੈ। ਅਤੇ ਇਹਦੇ ਹੁਣ ਜਿਹੜੇ 4-wheel ਦੀ ਆਪਾਂ ਟਾਇਰਾਂ ਦੀ ਸਾਈਜ਼ ਦੱਸ ਦਈਏ ਆਪਾਂ ਇੱਕ ਵਾਰੀ, 9-5-24 ਦੇ ਬਈ ਇਹਦੇ ਫਰੰਟ ਵਾਲੇ ਟਾਇਰ ਆ ਗਏ, ਠੀਕ ਹੈ। ਅਤੇ ਇਹਦੇ ਰੀਅਰ ਟਾਇਰ ਆ ਗਏ ਬਈ 6-9, 16-9, 28। ਅਤੇ ਅਪੋਲੋ ਕੰਪਨੀ ਦੇ ਟਾਇਰ ਬਈ ਮਹਿੰਦਰਾ ਕੰਪਨੀ ਨੇ ਦਿੱਤੇ ਹੈਗੇ ਨੇ, ਠੀਕ ਹੈ, ਟਰੈਕਟਰ ਦੇ ਨਾਲ। ਅਤੇ ਇਹਦੀ ਆਪਾਂ ਫਸਟ ਦੀ ਗੱਲ ਕਰੀਏ ਜੀ, ਇਹਦੇ ਸਟਾਰਟਿੰਗ ਤੋਂ ਇੱਧਰੋਂ ਆਪਾਂ ਗੱਲ ਕਰੀਏ ਤਾਂ ਮਹਿੰਦਰਾ ਦਾ ਬ੍ਰੈਂਡਿੰਗ ਲੋਗੋ ਆ ਗਿਆ ਅਤੇ ਇਹਦੀ ਮਟੈਲਿਕ ਕਲਰ ਦੀ ਕੁਆਲਿਟੀ ਹੈ ਜਿਹੜੀ ਕੰਪਨੀ ਨੇ ਦੇ ਦੀ ਹੈ ਆਪਾਂ ਨੂੰ। ਅਤੇ ਮੈਨੂੰ ਇੱਕ ਗੱਲ ਦੱਸ ਯਾਰ ਇੰਦਰ, ਅਤੇ ਹੋਰ 4-wheel ਡਰਾਈਵ ਜਿਹੜੇ ਟਰੈਕਟਰ ਨੇ ਅਤੇ ਇੱਕ ਇਹ ਮਹਿੰਦਰਾ ਦਾ ਆ ਗਿਆ, ਕਿੰਨਾ ਕੁ ਫਰਕ ਆ? ਬਹੁਤ ਫਰਕ ਆ ਬਾਈ। ਕਿਵੇਂ, ਕਿਹੜੀ ਗੱਲੋਂ? ਉਹਦੇ ਨਾਲ ਉਹ ਵੱਧ ਜ਼ੋਰ ਮਾਰਦਾ, ਹੁਣ ਜਿਵੇਂ 2-wheel ਆ ਉਹ ਇੰਨਾ ਤੋਰਾ ਨਹੀਂ ਦਿਖਾਉਂਦਾ, ਮਤਲਬ ਕਲਟੀਵੇਟਰਾਂ ਦੇ, ਹਾਂ, ਇਹਦੀ ਸਪੀਡਾਂ ਵੱਧ ਆ ਗਈਆਂ ਅਤੇ ਇਹ ਮਤਲਬ ਇਹਦਾ ਤੋਰਾ ਜ਼ਿਆਦਾ ਉਹਦੇ ਨਾਲੋਂ, ਠੀਕ ਹੈ। ਕਿੰਨੇ ਸਪੀਡ ਟਰੈਕਟਰ ਆ ਗਿਆ ਇਹ? ਇਹ 16-4 ਆ, 4 ਵਰਸ ਅਤੇ 16 ਫੋਰਵਰਡ, ਠੀਕ ਹੈ। ਲਓ ਜੀ, 4 ਵਰਸ ਅਤੇ 16 ਫੋਰਵਰਡ ਸਪੀਡਾਂ ਦੇ ਵਿੱਚ ਆ ਗਿਆ ਇਹ, ਠੀਕ ਹੈ। ਅਤੇ ਆਪਾਂ ਅੱਗੇ ਤੋਂ ਇਹਦੀ ਗੱਲ ਕਰੀਏ ਵੀ ਨਿੱਕਾ ਜਿਹਾ ਸਟੇਅਰਿੰਗ ਆ ਗਿਆ ਜਮਾਂ ਕਾਰ ਵਾਂਗੂ, ਠੀਕ ਹੈ। ਅਤੇ ਇੱਧਰ ਪਲੇਟਫਾਰਮ ਵਧੀਆ ਖੁੱਲ੍ਹਾ ਡੁੱਲਾ ਦੇ ਤਾ ਆਪਾਂ ਨੂੰ ਕੰਪਨੀ ਨੇ। ਅਤੇ ਇੱਧਰ ਜਿਹੜਾ ਆਹ ਲੀਵਰ ਲਾਇਆ ਹੋਇਆ ਅੰਦਰ, ਇਹਦੀ ਕੀ ਕੁਆਲਿਟੀ ਹੈ? ਇਹਦਾ ਬਈ ਜਿਹੜਾ ਆਹ ਲੀਵਰ ਆ, ਜਦੋਂ ਤਾਂ ਆਪਾਂ ਇਹਨੂੰ ਬੈਕ ਕਰ ਦਿੰਦੇ ਹਾਂ ਫਿਰ ਇੱਧਰੋਂ ਮੰਨ ਲਓ ਆਪਾਂ ਲੋਅ ਲਾ ਲਿਆ, ਹੈ ਨਾ, ਅਤੇ ਇੱਧਰੋਂ ਕੋਈ ਵੀ ਗੇਅਰ ਲਾ ਲਿਆ, ਜਿਵੇਂ ਪਹਿਲਾਂ ਲਾ ਲਿਆ, ਪਹਿਲਾਂ ਲਾ ਲਿਆ, ਮਰਜ਼ੀ ਲਾ ਲਿਆ, ਇੱਧਰ ਲੋਅ ਹੋ ਗਿਆ, ਅਤੇ ਜਿਵੇਂ ਆਪਾਂ ਸੁਪਰ ਸੀਟਰ ਚਲਾਉਣਾ ਇਹਨੂੰ ਫਿਰ ਪਿੱਛੇ ਨੂੰ ਕਰ ਦਿਓ ਪੀ ਵਾਲੀ ਆਪਸ਼ਨ 'ਤੇ, ਅਤੇ ਉਹਦੇ 'ਤੇ ਮਤਲਬ ਤੋਰਾ ਇਹਦਾ ਘੱਟ ਜਾਂਦਾ। ਜੇ ਆਪਾਂ ਹਲਾਂ 'ਤੇ ਚਲਾਉਣਾ ਇਹਨੂੰ ਅੱਗੇ ਨੂੰ ਕਰ ਦਿਓ ਅਤੇ ਵਧੀਆ ਮਤਲਬ ਤੋਰਾ ਇਹਦਾ ਹਲਾਂ 'ਤੇ। ਅੱਛਾ, ਠੀਕ ਹੈ। ਇੱਥੇ ਐਨ ਦੇ ਵਿਚਾਲੇ ਨਿਊਟਰਲ ਹੋ ਜੂ? ਹਾਂ, ਇਹ 'ਤੇ ਨਿਊਟਰਲ ਹੋ ਜੂਗਾ, ਠੀਕ ਹੈ। ਅਤੇ ਆਹ ਜਿਹੜਾ ਮਤਲਬ ਵੀ ਇੰਸਟਰੂਮੈਂਟ ਕਲਸਟਰ ਹੈ ਇਹ ਆ ਗਿਆ ਨੋਵੋ ਦਾ, ਠੀਕ ਹੈ। ਪਹਿਲਾਂ ਇਹਦੇ ਦੂਜਾ ਆਉਂਦਾ ਹੁੰਦਾ ਸੀ ਸੈਂਪਲ, ਠੀਕ ਹੈ, ਨੋਵੋ ਦਾ ਆ ਗਿਆ, ਠੀਕ ਹੈ। ਅਤੇ ਇੱਧਰਲੀ ਸਾਈਡ ਤੋਂ ਕੀ ਤੁਹਾਨੂੰ ਜ਼ਿਆਦਾ ਵੱਖਰਾ ਲੱਗਿਆ ਕੁਝ? ਇਹ 'ਤੇ ਆਹ ਬਈ ਆਪਣਾ PTO ਆ ਗਿਆ, ਅਤੇ ਆਹ ਰਿਵਰਸ PTO ਆ ਗਈ, ਠੀਕ ਹੈ। ਜਿਹਦੀ PTO ਦੀ ਕੀ ਪਾਵਰ ਵਗੈਰਾ ਹੈਗੀ ਆ? 42 ਪਾਵਰ ਆ, ਠੀਕ ਹੈ, 42 ਪਾਵਰ ਆ ਜੀ PTO ਦੀ, ਠੀਕ ਹੈ ਜੀ। ਅਤੇ ਆਹ ਹਾਈ ਲੋ ਗੇਅਰ ਆ ਗਿਆ ਇੱਧਰ, ਅਤੇ
ਆਹਾ ਇੱਧਰ ਆਹ ਲੀਵਰ ਆ ਗਿਆ ਵੀ ਟਰਾਲੀ ਦਾ, ਜੱਕ ਜੱਕ ਨੂੰ ਪਿੱਛੇ ਜਿਹੜੀ ਟਰਾਲੀ ਪਾਈ ਹੁੰਦੀ ਹੈ, ਅਤੇ ਆਹ ਲਿਫਟ ਵਾਲੇ ਲੀਵਰ ਆ ਗਏ ਇਹਦੇ, ਅਤੇ ਹੋਰ ਇੰਦਰ ਤੈਨੂੰ ਕੀ ਵੱਖਰਾ ਲੱਗਿਆ ਇਹਦੇ 'ਚ ਸਾਹਮਣੇ ਤੋਂ, ਕਿਵੇਂ ਫੀਲਿੰਗ ਕਿਵੇਂ ਆਉਂਦੀ ਹੈ ਚਲਾਉਂਦੇ ਨੂੰ? ਹੋਰ ਵੀਰੇ ਇੱਕ ਨੌਨ CRDI ਆ, ਇਹਦੀ ਆਵਾਜ਼ ਵੀ ਵਧੀਆ ਦੂਜੇ ਟਰੈਕਟਰਾਂ ਨਾਲੋਂ, CRDI ਨਾਲੋਂ ਉਹ ਸਾਈਲੈਂਟ ਜਿਹਾ ਆ ਜਾਂਦੇ ਆ, ਆਪਾਂ ਨੂੰ ਥੋੜ੍ਹਾ ਜਿਹਾ ਆਵਾਜ਼ ਵਾਲਾ ਟਰੈਕਟਰ ਪਸੰਦ ਹੈਗਾ, ਇਹਦੀ ਆਵਾਜ਼ ਸੋਹਣੀ ਆ। CRDI ਘੱਟ ਪਸੰਦ ਹੈ? ਹਾਂ CRDI ਥੋੜ੍ਹਾ ਜਿਹਾ ਘੱਟ ਪਸੰਦ। ਠੀਕ ਹੈ, ਚਲੋ ਜੀ ਅੱਗੇ ਤੋਂ ਦੇਖੋ ਟਰੈਕਟਰ ਦੇਖਣ ਨੂੰ ਤੁਹਾਨੂੰ ਕਿਵੇਂ ਲੱਗ ਰਿਹਾ ਅਤੇ ਕਮੈਂਟ ਕਰਕੇ ਦੱਸੋ, ਅਤੇ ਆਪਾਂ ਨੀਚੇ ਉਤਰਦੇ ਹਾਂ ਇੱਕ ਵਾਰੀ। ਬਾਕੀ ਇਹਦਾ ਮੂਹਰਲਾ ਹਿੱਸਾ ਸਾਰਾ ਤੇਲ ਵਾਲਾ ਆ ਗਿਆ, ਸਾਰੇ 'ਚ ਤੇਲ ਚੱਲਦਾ ਇਹਦੇ ਵਿੱਚ। ਠੀਕ ਹੈ, ਮਤਲਬ ਵਾਟਰਪਰੂਫ ਹੈ ਇਹ? ਹਾਂ ਵਾਟਰਪਰੂਫ ਆ ਪੂਰਾ, ਮਤਲਬ ਕੱਦੂ ਇਹਦੇ ਨਾਲ ਹੀ ਕਰਿਆ ਸਾਰਾ ਐਤਕੀ। ਠੀਕ ਹੈ, ਪੂਰਾ ਵਧੀਆ ਚੱਲਿਆ। ਬਾਕੀ ਆਹ 4x4 ਵਾਲੀ ਸ਼ਾਫਟ ਆ ਗਈ, ਇਹ ਵੀ ਪੂਰੀ ਕਵਰ ਕਰੀ ਹੋਈ ਸਾਨੂੰ। ਠੀਕ ਹੈ, ਲਓ ਜੀ 4x4 ਵਾਲੀ ਸ਼ਾਫਟ ਹੈਗੀ ਜਿਹੜੀ ਪੂਰੀ ਕਵਰ ਕੀਤੀ ਹੋਈ ਹੈ ਜਮਾਂ ਲਾਸਟ ਤੱਕ, ਤੁਸੀਂ ਦੇਖ ਸਕਦੇ ਹੈਗੇ। ਠੀਕ ਹੈ, ਅਤੇ ਅੱਗੇ ਤੋਂ ਇਹਦੇ ਫਿਰ ਬੰਪਰ ਨਹੀਂ ਲਾਇਆ? ਬੰਪਰ ਇਹਦੇ ਬਈ ਵੇਟ ਲਾਉਣੇ ਹੈਗੇ। ਠੀਕ ਹੈ, ਹਜੇ ਥੋੜ੍ਹਾ ਜਿਹਾ। ਕਿੰਨੇ ਕਿਲੋ ਦੇ ਵੇਟ ਲਾਉਣੇ ਇਹਦੇ? ਵੇਟ ਦੇਖਾਂਗੇ, ਮਤਲਬ ਵੀ ਜਿਹੜੇ ਸੋਹਣੇ ਲੱਗੇ ਬਸ ਉਨੇ ਕੁ ਲਾ ਲਾਂਗੇ। ਠੀਕ ਹੈ, ਆਪਾਂ ਨੂੰ ਬੜਾ ਹੁੰਦਾ। ਓਕੇ, ਅਤੇ ਲੈ ਬਈ ਇੰਦਰ ਇਹਦਾ ਬੋਨਟ ਚੱਕ ਕੇ ਦਿਖਾ ਦੇ ਇੱਕ ਵਾਰੀ ਹੁਣ। ਠੀਕ ਹੈ, ਇਹਨੂੰ ਸਿੰਪਲ ਇੱਥੋਂ ਨੱਪੇ ਤੋਂ ਇਹਨੂੰ ਨੱਪ ਕੇ ਅਤੇ ਉੱਪਰ ਨੂੰ ਚੱਕਿਆ ਜਾਂਦਾ ਇਹ। ਲਓ ਜੀ ਇਸ ਤਰੀਕੇ ਨਾਲ ਇਹ ਲੱਗ ਗਿਆ। ਇਹ ਡਰਾਈ ਏਅਰ ਕਲੀਨਰ ਦੇ ਨਾਲ ਆ ਗਿਆ ਇਹ ਟਰੈਕਟਰ, ਅਤੇ ਰੇਡੀਏਟਰ ਵੀ ਵੱਡਾ ਆ ਗਿਆ ਇਹਦਾ ਦੂਜੇ ਨਾਲ। ਠੀਕ ਹੈ, ਕਿੰਨਾ ਕੁ ਫਰਕ ਹੈ ਪਹਿਲਾਂ ਇਹ ਨਾਲੋਂ? ਪਹਿਲਾਂ ਨਾਲ ਤਾਂ ਬਹੁਤ ਫਰਕ ਆ, ਮਤਲਬ ਵੱਡਾ ਉਹਦੇ ਨਾਲ ਰੇਡੀਏਟਰ। ਠੀਕ ਹੈ, 4 ਸਿਲੰਡਰ ਇੰਜਨ ਆ, 50 HP ਕੈਟਾਗਰੀ ਦਾ। ਠੀਕ, 59.5 ਦਾ। ਠੀਕ ਹੈ, ਅਤੇ ਇੱਧਰ ਬੰਟਰ 'ਚ ਕੀ ਗੱਲਬਾਤ ਹੈ ਇਹਦੀ? ਇਹ ਬਈ ਨੌਨ ਟਰਬੋ ਬਾਕੀ ਇੰਜਨ, ਸਿੰਪਲ ਆ ਮਤਲਬ। ਠੀਕ ਹੈ, ਕਿੰਨੇ ਪਾਵਰ ਦੇ ਇੰਜਨ ਆ ਗਿਆ ਇਹ? ਇਹ 59.5। 59.5 ਮਤਲਬ 50 ਪਾਵਰ ਦੀ ਜਨਰੇਟ ਕਰਦਾ ਇਹ? ਹਾਂ, ਫਿਰ 50 ਦੇ ਉੱਤੇ ਫਿਰ CRDI ਆ ਜਾਂਦੇ। ਹਾਂ, ਉਹ ਪਾਵਰ ਦਾ ਵੱਧ ਹੀ ਜਨਰੇਟ ਕਰਦਾ ਹੈਗਾ, ਉਹ ਮਤਲਬ ਪਾਸਿੰਗ ਇੰਨੇ 'ਚ ਹੋਈ ਵੀ ਇਹਦੀ। ਠੀਕ, ਕਾਪੀ 'ਤੇ ਮਤਲਬ ਵੀ ਘੱਟ ਲਿਖਦੇ ਆ, ਜ਼ੋਰ ਤਾਂ ਬਹੁਤ ਮਾਰਦਾ। ਠੀਕ ਹੈ, ਅਤੇ DLX ਇਹਦਾ ਕੀ ਮਤਲਬ ਆ ਗਿਆ? ਇਹ ਡੀਲਕਸ ਮਾਡਲ। ਠੀਕ ਹੈ ਜੀ, ਮਹਿੰਦਰਾ ਅਰਜਨ ਅਲਟਰਾ 605 DIMS। ਅਤੇ ਹੋਰ ਇੱਧਰ ਇੱਧਰਲੀ ਸਾਈਡ ਕੀ ਕੁਆਲਿਟੀ ਆ ਗਈ ਇੰਜਨ ਦੀ ਇਹਦੀ? ਹੋਰ ਇਹਦੀ ਬੈਟਰੀ ਬਾਹਰ ਕਰਤੀ ਵੀਰੇ। ਓਕੇ, ਹਾਂ ਪਹਿਲਾਂ ਅੰਦਰ ਹੁੰਦੀ ਸੀ, ਹੈ ਨਾ? ਪਹਿਲਾਂ ਅੰਦਰ ਹੁੰਦੀ ਸੀ, ਇਹ ਬਾਹਰ ਕਰਤੀ। ਠੀਕ ਹੈ, ਉਹ ਬੈਟਰੀ ਬਾਹਰ ਬਦਲਣੀ ਕਰਨੀ ਸੌਖੀ ਹੈਗੀ, ਵਾਰੀ ਵਾਰੀ ਕੰਮ ਹੋ ਜਾਂਦਾ ਹੁੰਦਾ ਹੈਗਾ। ਅਤੇ ਆਹ ਵੀਰੇ ਇੱਧਰ ਆ ਗਿਆ ਆਪਣਾ 4x4 ਵਾਲਾ ਫਿਲਟਰ। ਠੀਕ ਹੈ, 4-wheel ਡਰਾਈਵ ਵਾਲਾ। ਹਾਂ ਹਾਂ, ਠੀਕ ਹੈ। ਇੱਧਰੋਂ ਸਿੱਧਾ ਇੱਧਰ ਨੂੰ ਜਾਂਦਾ ਇਹਦਾ ਕਨੈਕਸ਼ਨ, ਹੈ ਨਾ, ਉਹ ਸ਼ਾਫਟ ਦੇ ਨਾਲ ਦੀ ਜਾ ਕੇ। ਹਾਂਜੀ ਹਾਂਜੀ, ਠੀਕ ਹੈ। ਮਤਲਬ ਇਹ ਜਿਹੜਾ 4-wheel ਦਾ ਜਿਹੜਾ ਆਇਲ ਹੁੰਦਾ ਉਹ ਫਿਲਟਰ ਕਰ ਕਰਕੇ ਭੇਜਦਾ, ਹੈ ਨਾ? ਹਾਂਜੀ ਹਾਂਜੀ, ਠੀਕ ਹੈ। ਅਤੇ ਆਹ ਇਹਦਾ ਮੁਗਲ ਫਿਲਟਰ ਆ ਗਿਆ। ਹਾਂ ਹਾਂ ਵੀਰੇ, ਓਕੇ। ਅਤੇ ਹੁਣ ਆਪਾਂ ਲੈਫਟ 'ਤੇ ਆ ਜਾਂਦੇ ਹਾਂ। ਹਾਂਜੀ, ਲੈਫਟ ਇਹਦੀ 2200 kg ਦੀ ਕਰਤੀ। ਠੀਕ ਹੈ, 2200 kg ਭਾਰ ਚੱਕ ਸਕਦੀ ਹੈ? ਪਹਿਲਾਂ ਮਤਲਬ ਵੀ ਘੱਟ ਹੁੰਦੀ ਸੀ, ਇਹ 'ਚ ਵਧਾ ਤੀ ਕਪੈਸਿਟੀ। ਬਾਕੀ ਇਹ ਦੋਵੇਂ ਪਾਸੋਂ ਐਡਜਸਟੇਬਲ ਕਰਤੀਆਂ ਲਿੰਕਾਂ, ਅੱਗੇ ਨਾਲੋਂ ਮੋਟੀਆਂ ਵੀ ਕਰਤੀਆਂ ਬਹੁਤ। ਠੀਕ ਹੈ, ਮਤਲਬ 1 ਇੰਚ ਮੋਟੀਆਂ ਹੋਣੀਆਂ? ਹਾਂ, ਵੱਧ ਮੋਟੀਆਂ ਬਹੁਤ, ਮਤਲਬ ਵੀ ਅੱਗੇ ਨਾਲੋਂ ਜ਼ਿਆਦਾ ਮਜ਼ਬੂਤੀ ਵੀ ਕਰਤੀ। ਓਕੇ, ਹਾਂਜੀ, ਠੀਕ ਹੈ, ਠੀਕ ਹੈ। ਅਤੇ ਇੱਧਰਲੀ ਸਾਈਡ ਤੋਂ ਇੰਦਰ, ਠੀਕ ਹੈ, ਇਹਦੇ ਜਿਹੜੇ ਹੈਗੇ ਹੈਗੇ ਡੀਜ਼ਲ ਫਿਲਟਰ ਹੈਗੇ। ਠੀਕ ਹੈ ਜੀ, ਅਤੇ ਆਹ ਇਹਦੀ ਜਿਹੜੀ ਸੈਲਫ ਵਾਲਾ ਸਿਸਟਮ ਆ ਗਿਆ, ਅਲਟੀਨੇਟਰ ਵਗੈਰਾ। ਅਤੇ ਇੱਕ ਗੱਲ ਹੋਰ ਜ਼ਰੂਰ ਆਪਾਂ ਕਰਾਂਗੇ, ਅਤੇ ਜਿਹੜੀ ਇਹਦੀ ਸੈਲਫ ਸਿਸਟਮ ਆ ਗਿਆ, ਅਲਟੀਨੇਟਰ ਆ ਗਿਆ, ਠੀਕ ਹੈ, ਅਤੇ ਇਹ ਛੋਟੀ ਬੈਟਰੀ 'ਤੇ ਵੀ ਸਟਾਰਟ ਹੋ ਜਾਂਦਾ ਹੁੰਦਾ। ਕਈ ਵਾਰੀ ਮੰਨ ਲਓ ਆਪਾਂ ਬੈਟਰੀ ਟਰੈਕਟਰ ਤੋਂ ਲਾਹੀ ਹੋਈ ਆ, ਕਿਸੇ ਛੋਟੇ ਟਰੈਕਟਰ ਦੀ ਬੈਟਰੀ ਲਾ ਕੇ ਇਹਨੂੰ ਆਪਾਂ ਸਟਾਰਟ ਕਰ ਸਕਦੇ ਹੈਗੇ ਹਾਂ। ਅਤੇ ਇਹਦੀ ਪ੍ਰਾਈਸ ਕਿੰਨੀ ਆ ਬਾਈ ਇੰਦਰ? ਇਹਦਾ ਬਈ 9.5 lakh। 9.5 lakh, ਠੀਕ ਹੈ, ਔਨ ਰੋਡ ਵੀ 9.5 lakh ਪ੍ਰਾਈਸ ਹੈਗਾ ਇਹਦਾ। ਠੀਕ ਹੈ, ਅਤੇ ਇਹਨੂੰ ਇੱਕ ਵਾਰ ਇੱਧਰਲੀ ਸਾਈਡ ਤੋਂ ਦੇਖ ਲਓ ਟਰੈਕਟਰ ਨੂੰ।
ਜਾਂ ਬ੍ਰੇਕਸ ਵਾਲੀ ਸਾਈਡ ਤੋਂ ਦੇਖ ਲਓ, ਅਤੇ ਮਤਲਬ ਵੀ ਮੋਟੀਆਂ ਮੋਟੀਆਂ ਗੱਲਾਂ ਤੁਹਾਨੂੰ ਮੇਨ ਮੇਨ ਗੱਲਾਂ ਦੱਸਤੀਆਂ, ਅਤੇ ਵਲੌਗ ਆਪਾਂ ਜ਼ਿਆਦਾ ਲੰਬਾ ਵੀ ਨਹੀਂ ਲੈ ਕੇ ਜਾਂਦੇ ਹੈਗੇ। ਇੰਦਰ ਕਰੀਏ ਫਿਰ ਟੈਸਟਿੰਗ ਇਹਦੀ? ਹਾਂ ਵੀਰੇ ਚਲੋ ਚੱਲਦੇ। ਕਿੱਥੇ ਜੇ ਆਪਣਾ ਬਾਣ? ਆਪਣਾ ਨਾਲ ਹੀ ਆ। ਚੱਲ ਫਿਰ ਚੱਲ ਗਏ, ਖੜ ਜਾਉਣਾ ਮੈਂ ਵੀ ਤੇਰੇ ਕੋਲ। ਚਲੋ ਜੀ। ਚਲੋ ਬਾਈ। ਬਹੁਤ ਨਾ ਬਾਤ ਲੰਬੇ ਜਿਹਾ ਹੈ ਵੇ ਕਿ ਨਹੀਂ ਆਪਣੇ ਜਵਾਈ ਤੋਂ ਬਾਅਦ। ਚੰਗੀ ਤਰ੍ਹਾਂ ਕਰ ਲੋ ਚੈੱਕ ਹੁਣ। ਹਜੇ ਰੇਸ ਰੂਸ ਖੋਲਣ ਵਾਲੀ ਹੈ ਵੀ। ਅੱਛਾ ਰੇਸ ਖੋਲਣੀ ਹੈ ਜੀ? ਹਾਂ ਇਹ ਹੋਰ ਖੋਲਾਂਗੇ। ਹੁਣ ਮੈਨੂੰ ਐਂ ਦੱਸ, ਜਿਹਨੇ ਇਹ 605 DIMS 4 ਵੀਲ 'ਚ ਲੈਣਾ ਹੋਵੇ ਲੈ ਸਕਦੇ ਆ? ਹਾਂ ਬਾਈ ਬੇਫਿਕਰ ਹੋ ਕੇ ਲੈ। ਤੇਰਾ ਫੋਨ ਨੰਬਰ ਬੋਲ ਦੇ ਫਿਰ, ਤੇਥੋਂ ਕੋਈ ਵਾਰੀ ਪੁੱਛਣਾ ਹੁੰਦਾ 9814165625 ਪੰਜਾਬੀ 'ਚ ਬੋਲ ਦੇ ਇੱਕ ਵਾਰੀ। 9141465625 ਠੀਕ ਹੈ, 9141465625 ਠੀਕ ਹੈ, ਅਤੇ ਫੁੱਲ ਨੌਲੇਜ ਲੈ ਸਕਦੇ ਹੋ ਬਾਈ ਅੰਦਰ ਤੋਂ। ਚੱਲ ਵੀ ਚੱਲ, ਬਾਕੀ ਇਹ ਥੋੜ੍ਹਾ ਜਿਹਾ ਰਮਾ ਹੋਣ ਵਾਲਾ ਟਰੈਕਟਰ ਨਵਾਂ ਗਾ। ਠੀਕ ਹੈ, ਕਿੰਨੇ ਘੰਟੇ ਚੱਲ ਗਿਆ ਹੁਣ ਤੱਕ ਇਹ? ਇਹ ਬਸ ਖਾਲੀ ਹੀ ਚੱਲਿਆ, ਮੰਨ ਲਾ ਵੀ ਰੂਟਾ ਬੀਟਰ 'ਤੇ ਚਲਾਇਆ ਗਾ, ਹਲਾਂ ਹੁਣਾਂ ਦੇ ਚਲਾਈ ਨਹੀਂ, ਹਲਾਂ ਦੇ ਤਾਂ ਜੋੜੇ ਹੀ ਹੁਣ ਆਪਾਂ। ਠੀਕ ਹੈ, ਜਾਂ ਬਾਕੀ ਚਾਰ ਚੂ ਲੱਗ ਰਹੇ ਇਹਦੇ ਨਾਲ। ਠੀਕ ਹੈ, ਲਓ ਵੀ 9.5 ਲੱਖ ਰੁਪਈਆ ਦੀ ਪ੍ਰਾਈਸ ਇੰਦਰ ਨੇ ਆਪਾਂ ਨੂੰ ਦੱਸੀ ਹੈਗੀ ਆ। ਹੋਰ ਇੰਦਰ ਕੋਈ ਵੱਖਰੀ ਕੁਆਲਿਟੀ ਦੱਸ ਇਹਦੇ 'ਚ? ਦੇਖ ਟਰੈਕਟਰਾਂ ਦੀਆਂ ਵੀਡੀਓ ਆਪਾਂ ਬਣਾਉਂਦੇ ਰਹਿੰਦੇ ਹਾਂ, ਬਲੌਗ ਸ਼ੂਟ ਕਰਦੇ ਰਹਿੰਦੇ ਹਾਂ, ਹੈ ਨਾ ਵੀ ਆਪਾਂ ਬਲੌਗ ਬੜਾ ਵੱਡਾ ਵੀ ਨਾ ਹੋਵੇ, ਹੋਰ ਕੋਈ ਵੱਖਰੀ ਗੱਲ ਦੱਸ ਦੇ ਇਹਦੇ ਵਿੱਚ। ਵੱਖਰੀ ਵਾਕੇ ਦੀ ਆਵਾਜ਼ ਦੇਖ ਯਾਰ ਤੂੰ, ਆਵਾਜ਼ ਬਹੁਤ ਘੈਂਟ ਹੈ ਟਰੈਕਟਰ ਦੀ। ਹਾਂ ਜਿਵੇਂ ਕਹਿੰਦੇ ਨਾ ਅਰਜਨ ਪਹਿਲੀ ਆ, ਆਵਾਜ਼ ਵੀ ਫਿਰ ਪਹਿਲੀਆਂ ਹੀ ਹੈ ਜਮਾਂ ਪੂਰੀ। ਅੱਛਾ ਠੀਕ ਹੈ, ਮੇਨ ਗੱਲ ਤਾਂ ਆਪਾਂ ਆਵਾਜ਼ ਕਰਕੇ ਲਿਆ ਸੀ, ਨੱਚਦਾ ਤੁਰਿਆ ਜਾਂਦਾ ਹੈ ਨਾ ਜਮਾਂ। ਇਹ ਤਾਂ ਇਹ ਹੌਲੀ ਹੌਲੀ ਜਿਉਂ ਜਿਉਂ ਰਵਾਂ ਹੋਈ ਉਵੇਂ ਜ਼ਿਆਦਾ ਤੁਰ ਹੋਈ ਟਰੈਕਟਰ ਦਾ। ਹਾਂ ਲਓ ਜੀ, ਮਿਲਦੇ ਹਾਂ ਫਿਰ ਆਪਾਂ ਕਿਸੇ ਹੋਰ ਵਲੌਗ ਦੇ ਵਿੱਚ।
ਠੀਕ ਹੈ। ਜੇ ਕਿਸੇ ਨੂੰ ਕੁਛ ਨਹੀਂ ਪਤਾ ਲੱਗਿਆ ਭਰਾ ਉਹ ਕਮੈਂਟ ਕਰ ਲਓ, ਤੁਹਾਡੇ ਕਮੈਂਟ 'ਤੇ ਮੈਂ ਰਿਪਲਾਈ ਜ਼ਰੂਰ ਕਰੂੰਗਾ। ਅਤੇ ਮਿਲਦੇ ਹਾਂ ਕਿਸੇ ਹੋਰ ਵਲੌਗ ਦੇ ਵਿੱਚ। ਓਕੇ ਵੀਰੇ ਇੰਦਰ, ਸਤਿ ਸ਼੍ਰੀ ਅਕਾਲ। ਓਕੇ ਭਾਈ, ਸਤਿ ਸ਼੍ਰੀ ਅਕਾਲ।